ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ 580 ਪੇਟੀਆਂ ਨਜਾਇਜ਼ ਸ਼ਰਾਬ ਦੀ ਕਾਬੂ ਕੀਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਇੱਕ ਟਰੱਕ ਨੂੰ ਨਾਕੇਬੰਦੀ ਦੇ ਦੌਰਾਨ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚ ਨਜਾਇਜ਼ 580 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਹਾਲਾਂਕਿ ਵੱਖ-ਵੱਖ ਮਾਰਕਾ ਇਹ ਦੱਸਿਆ ਜਾ ਰਿਹਾ ਸ਼ਰਾਬ ਦਾ, ਜਿਸ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਹਾਲਾਂਕਿ ਇਹ ਸ਼ਰਾਬ ਕਿੱਥੋਂ ਕਿੱਥੇ ਜਾ ਰਹੀ ਸੀ ਇਸ ਦੇ ਬਾਰੇ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੁਲਿਸ ਜੋ ਹੈ ਉਹ ਅਲਰਟ ਮੋਡ ਦੇ ਉੱਤੇ ਹੈ ਤੇ ਹੁਣ ਉਸ ਦੇ ਵੱਲੋਂ ਜਦੋਂ ਨਾਕੇਬੰਦੀ ਕੀਤੀ ਗਈ ਤਾਂ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ। ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 580 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਹਾਲਾਂਕਿ ਇੱਕ ਪਾਸੇ ਲੋਕ ਸਭਾ ਇਲੈਕਸ਼ਨ ਵੀ ਹੈ ਤੇ ਦੂਜੇ ਪਾਸੇ ਪੁਲਿਸ ਦੀ ਇਹ ਕਾਰਵਾਈ, ਤਾਂ ਲਗਾਤਾਰ ਇਸ ਦੇ ਉੱਤੇ ਹੁਣ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਕਿ ਆਖਰ ਇਹ ਦਾਰੂ ਜਾ ਕਿੱਥੇ ਰਹੀ ਸੀ। ਤਾਂ ਪੁਲਿਸ ਦੇ ਵੱਲੋਂ ਵੀ ਹੁਣ ਇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇੰਨੀ ਵੱਡੀ ਸੰਖਿਆ ਦੇ ਵਿੱਚ ਦਾਰੂ ਦੀਆਂ ਪੇਟੀਆਂ ਦਾ ਮਿਲਣਾ ਆਪਣੇ ਆਪ ਦੇ ਵਿੱਚ ਘੱਟ ਨਹੀਂ ਹੈ। ਤਾਂ ਇਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਵਿੱਚ ਇਹ ਟਰੱਕ ਪਕੜਿਆ ਗਿਆ। ਕਿਚਲੂ ਨਗਰ ਜਿਹੜੇ PAU ਥਾਣਾ ਹੈਗਾ ਉਸ ਦੇ ਵਿੱਚ ਇੱਕ ਟਰੱਕ ਫੜਿਆ ਗਿਆ ਵਾ। ਤੁਸੀਂ ਦੇਖ ਸਕਦੇ ਹੋ ਇਸ ਟਰੱਕ ਦੇ ਵਿੱਚ ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਹੈਗੀਆਂ ਨੇ, ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਸਕਣ ਕਿ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਹੈਗੀਆਂ ਵਾ ਉਹ ਫੜੀਆਂ ਗਈਆਂ ਵਾ। ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਕਿ 580 ਸ਼ਰਾਬ ਦੀਆਂ ਇਹ ਪੇਟੀਆਂ ਕਹੀ ਜਾ ਰਹੀਆਂ ਨੇ ਜਿਹੜੀਆਂ ਫੜੀਆਂ ਨੇ ਪੰਜਾਬ ਪੁਲਿਸ ਨੇ ਔਰ ਚੁਣਾਵ ਆਯੋਗ ਨੇ। ਔਰ ਕਿਹਾ ਜਾ ਰਿਹਾ ਵਾ ਕਿ ਇਹ ਸ਼ਰਾਬ ਦੀ ਪੇਟੀਆਂ ਚੁਣਾਵ ਦੇ ਵਿੱਚ ਇਸਤੇਮਾਲ ਹੋਣੀਆਂ ਸੀਗੀਆਂ। ਜਿਹੜੇ ਸ਼ਰਾਬ ਦੇ ਜਿਹੜੇ ਵਪਾਰੀ ਹੈਗੇ ਆ ਉਹਨਾਂ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਵਾ ਔਰ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਲਦ ਹੀ ਇਹਨਾਂ ਦੇ ਜਿਹੜੇ ਮਾਸਟਰ ਮਾਈਂਡ ਹੈਗੇ ਨੇ ਉਹਨਾਂ ਤੱਕ ਪਕੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦ ਤੱਕ ਉਹਨਾਂ ਤੱਕ ਪਹੁੰਚ ਪਾਉਂਦੀ ਹੈ। ਇਹ ਸ਼ਰਾਬ ਦੇ ਮਿਕਸ ਬ੍ਰਾਂਡ ਆ ਜੀ ਸਾਰੇ, ਇਹ ਕਈ ਤਰ੍ਹਾਂ ਦੀ ਸ਼ਰਾਬ ਪਕੜੀ ਗਈ ਹੈ ਜੀ ਟਰੱਕ ਦੇ ਵਿੱਚ। ਠੀਕ ਹੈ, ਕਿੱਥੋਂ ਫੜੀ ਗਈ ਹੈ, ਕਿਦੋਂ ਨਾਕਾ ਲਗਾਇਆ ਗਿਆ ਸੀਗਾ? ਇਹ ਜੀ ਸਰਕਲ ਹਾਊਸ ਦੇ ਸਾਹਮਣੇ ਲਾਇਆ ਗਿਆ। ਠੀਕ ਹੈ ਤੇ ਸਰ ਕਿੰਨੇ ਕੁ ਬੰਦੇ ਗ੍ਰਿਫਤਾਰ ਨਾਲ ਕੀਤੇ ਗਏ? ਇਹਦੇ ਵਿੱਚ ਡਰਾਈਵਰ ਗ੍ਰਿਫਤਾਰ ਹੋਇਆ ਜੀ ਉਹਨੇ, ਤੇ ਉਹਨੇ ਸਰ ਕੋਈ ਕਰਿੰਦੇ ਵੀ ਸੀ ਉਹਨੇ ਇਨਵੈਸਟੀਗੇਸ਼ਨ ਦੱਸਿਆ ਉਹਨੇ? ਬਾਕੀ ਤਫਤੀਸ਼ ਜਾ ਰਹੀ ਹੈ ਜੀ, ਦੇਖੋ ਕੀ ਸਾਹਮਣੇ ਨਿਕਲ ਗਿਆ। ਸ਼ਰਾਬ ਇਹ ਕਿਹਾ ਜਾ ਰਿਹਾ ਕਿ ਚੁਣਾਵ ਦੇ ਵਿੱਚ ਯੂਜ਼ ਹੋ ਸਕਦੀ ਸੀਗੀ ਸਰ? ਇਹਦੇ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਜੀ, ਬਾਕੀ ਤੁਸੀਂ ਇਨਵੈਸਟੀਗੇਸ਼ਨ ਚੱਲ ਰਹੀ ਸਰ? ਬਿਲਕੁਲ ਚੱਲ ਰਹੀ ਹੈ। ਕੀ ਜਾਂਚ ਕੀਤੀ ਜਾ ਰਹੀ ਜੀ, ਜੋ ਵੀ ਨਿਕਲ ਕੇ ਸਾਹਮਣੇ ਆਊਗਾ ਉਸ ਤੋਂ ਬਾਅਦ ਕੀ ਆਏਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ 580 ਪੇਟੀਆਂ ਨਜਾਇਜ਼ ਸ਼ਰਾਬ ਦੀ ਕਾਬੂ ਕੀਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਇੱਕ ਟਰੱਕ ਨੂੰ ਨਾਕੇਬੰਦੀ ਦੇ ਦੌਰਾਨ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚ ਨਜਾਇਜ਼ 580 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਹਾਲਾਂਕਿ ਵੱਖ-ਵੱਖ ਮਾਰਕਾ ਇਹ ਦੱਸਿਆ ਜਾ ਰਿਹਾ ਸ਼ਰਾਬ ਦਾ, ਜਿਸ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਹਾਲਾਂਕਿ ਇਹ ਸ਼ਰਾਬ ਕਿੱਥੋਂ ਕਿੱਥੇ ਜਾ ਰਹੀ ਸੀ ਇਸ ਦੇ ਬਾਰੇ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੁਲਿਸ ਜੋ ਹੈ ਉਹ ਅਲਰਟ ਮੋਡ ਦੇ ਉੱਤੇ ਹੈ ਤੇ ਹੁਣ ਉਸ ਦੇ ਵੱਲੋਂ ਜਦੋਂ ਨਾਕੇਬੰਦੀ ਕੀਤੀ ਗਈ ਤਾਂ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ। ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 580 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਹਾਲਾਂਕਿ ਇੱਕ ਪਾਸੇ ਲੋਕ ਸਭਾ ਇਲੈਕਸ਼ਨ ਵੀ ਹੈ ਤੇ ਦੂਜੇ ਪਾਸੇ ਪੁਲਿਸ ਦੀ ਇਹ ਕਾਰਵਾਈ, ਤਾਂ ਲਗਾਤਾਰ ਇਸ ਦੇ ਉੱਤੇ ਹੁਣ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਕਿ ਆਖਰ ਇਹ ਦਾਰੂ ਜਾ ਕਿੱਥੇ ਰਹੀ ਸੀ। ਤਾਂ ਪੁਲਿਸ ਦੇ ਵੱਲੋਂ ਵੀ ਹੁਣ ਇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇੰਨੀ ਵੱਡੀ ਸੰਖਿਆ ਦੇ ਵਿੱਚ ਦਾਰੂ ਦੀਆਂ ਪੇਟੀਆਂ ਦਾ ਮਿਲਣਾ ਆਪਣੇ ਆਪ ਦੇ ਵਿੱਚ ਘੱਟ ਨਹੀਂ ਹੈ। ਤਾਂ ਇਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਵਿੱਚ ਇਹ ਟਰੱਕ ਪਕੜਿਆ ਗਿਆ।